ਫੀਲ ਨਾ ਹੋਵੇ ਕਿ ਮੇਰੇ ਕੋਲ ਓਪਰਚੁਨਿਟੀ ਸੀ ਮੈਂ ਚਲਾ ਜਾਂਦਾ ਤਾਂ ਵਧੀਆ ਰਹਿੰਦਾ ਮੈਂ ਗਲਤ ਡਿਸੀਜਨ ਲਿਆ ਵੀ ਇਹ ਚੀਜ਼ ਨਾ ਆਪਣੇ ਆਪ ਨਾਲ ਤੂੰ ਕਨਫਰਮ ਕਰ ਲਾ ਰਾਈਟ ਤਾਂ ਮੈਂ ਇਹ ਚੀਜ਼ ਕੀਤੀ ਜਦੋਂ ਤਾਂ ਮੈਨੂੰ ਥੋੜਾ ਜਿਹਾ ਮੈਂ ਜਿਵੇਂ ਡਿਸਬੈਲੈਂਸ ਜਿਹਾ ਸੀ ਪ੍ਰੋਪਰ ਹਾਂ ਜੀ ਨੀ ਮਨ ਨੇ ਫੜਾਈ ਵੀ ਹਾਂ ਠੀਕ ਆ ਵੀ ਨਹੀਂ ਜਾਣਾ ਮੇਰੀ ਪ੍ਰੈਫਰੈਂਸ ਹੋਊਗੀ ਜੀ ਪਿੰਡ ਵਿੱਚ ਸਟੱਡੀ ਰਿਲੇਟਡ ਉਪਰਾਲੇ ਕੀਤੇ ਜਾਣ ਜੀ ਕਿਉਂਕਿ ਸੀਨੀਅਰ ਸੈਕੰਡਰੀ ਸਕੂਲ ਮੇਰੇ ਵਿੱਚ ਪਿੰਡ ਵਿੱਚ ਹੈ ਮੌਜੂਦ ਹੈ ਜੀ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਚਾਰੇ ਸਟ੍ਰੀਮਸ ਮੈਡੀਕਲ ਨੋਨ ਮੈਡੀਕਲ ਆਰਟਸ ਤੇ ਕਮਰਸ ਦੇ ਟੀਚਰਸ ਦੀ ਪੋਸਟਿੰਗ ਉੱਥੇ ਪ੍ਰੋਪਰ ਕਰਵਾਈ ਜਾਵੇ ਤੇ ਉੱਥੇ ਸਟੂਡੈਂਟਸ ਹੋਣ ਕਿਉਂਕਿ ਇਸ ਟਾਈਮ ਮੇਰੇ ਪਿੰਡ ਦੇ ਸਕੂਲ ਦੇ ਵਿੱਚ ਮੈਨੂੰ ਲੱਗਦਾ ਜੀ 400+ ਦੀ ਸਟਰੈਂਥ ਹੋਊਗੀ ਜੀ ਗੌਰਮੈਂਟ ਸਕੂਲ ਚ ਜੀ ਅੱਛਾ ਬਿਲਕੁਲ ਜੀ ਨਸ਼ੇ ਦਾ ਆਪਾਂ ਨੂੰ ਜਿਵੇਂ ਪਤਾ ਹੈ ਕਿ ਇਸਨੇ ਆਪਦੇ ਪੈਰ ਪਸਾਰੇ ਹੋਏ ਜੀ ਸਾਰੇ ਕਿਤੇ ਹੀ ਹੈ ਤੇ ਇੱਕ ਚੀਜ਼ ਮੈਂ ਨੋਟ ਕੀਤੀ ਹੈ ਜੀ ਹੁਣ ਜੋ ਪੁਰਾਣੇ ਲੱਗੇ ਹੋਏ ਆ ਠੀਕ ਹੈ ਪਿੰਡ ਦੇ ਵਿੱਚ ਜਾਂ ਕਿਤੇ ਵੀ ਨਵੇਂ ਨੌਜਵਾਨ ਇਸ ਪਾਸੇ ਉਦੋਂ ਜਾਂਦੇ ਆ ਉਹਨਾਂ ਦਾ ਧਿਆਨ ਉਸ ਟਾਈਮ ਜਾਂਦਾ ਜਦੋਂ ਪਿੰਡ ਵਿੱਚ ਸ਼ਰੇਆਮ ਵਿਕਦਾ ਹੋਵੇ ਤਾਂ ਮੇਰੇ ਪਿੰਡ ਦੀ ਇਹ ਨਸੀਬ ਚੰਗੇ ਕਹਿ ਲਓ ਕਿ ਇਸ ਟਾਈਮ ਪਿੰਡ ਦੇ ਵਿੱਚ ਕੋਈ ਵਿਕਦਾ ਨੀਗਾ ਜੇ ਕਿਸੇ ਨੇ ਖਾਣਾ ਪੀਣਾ ਕੁਛ ਕੋਈ ਪਾਸੋਂ ਲੈ ਕੇ ਆਉਂਦਾ ਪਿੰਡ ਦੇ ਵਿੱਚ ਇਸ ਚੀਜ਼ ਦੀ ਵਿਕਰੀ ਬਿਲਕੁਲ ਨਹੀਂ ਹੈ ਤਾਂ ਉਹਨਾਂ ਦਾ ਕਹਿਣ ਦਾ ਮਤਲਬ ਸੀ ਕੀ ਆ ਵੀ ਤੂੰ ਉੱਥੇ ਸਿੱਖ ਕੇ ਆਇਆ ਤੂੰ ਘਰੋਂ ਬਾਹਰ ਨਿਕਲਿਆ ਬਹੁਤ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜੋ ਚੀਜ਼ਾਂ ਆਪਾਂ ਨੂੰ ਘਰ ਤੋਂ ਬਾਹਰ ਨਿਕਲਿਆ ਪਤਾ ਲੱਗਦੀਆਂ ਸੋਸਾਇਟੀ ਵਿੱਚ ਵਿਚਰਦੇ ਆ ਪਤਾ ਲੱਗਦਾ ਜਿਵੇਂ ਕਿ ਉੱਧਰ ਵੱਖ ਵੱਖਰੇ ਬਿਲਕੁਲ ਡਾਇਵਰਸਿਟੀ ਜਿਹੜੀ ਚੀਜ਼ ਉੱਥੇ ਮੈਨੂੰ ਐਕਸਪੀਰੀਅੰਸ ਰੈਡ ਐਫ ਐਮ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਤਾਂ ਜਿਵੇਂ ਜ਼ਿਕਰ ਕਰ ਰਹੇ ਸੀ ਗੱਲਬਾਤ ਅੱਜ ਕਰਾਂਗੇ ਪੰਜਾਬ ਦੇ ਇੱਕ ਬਹੁਤ ਹੀ ਨੌਜਵਾਨ ਸਰਪੰਚ ਦੇ ਨਾਲ ਜਿਸਨੇ 22 ਸਾਲਾਂ ਦੀ ਉਮਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਇਹ ਚੋਣ ਜਿਹੜੀ ਹੈ ਉਹ ਜਿੱਤੀ ਹੈ ਔਰ ਨਾਲ ਹੀ ਉਸਦੇ ਵੱਲੋਂ ਹੁਣ ਪੰਜਾਬ ਦੇ ਵਿੱਚ ਆਪਣੇ ਪਿੰਡ ਦੇ ਵਾਸਤੇ ਕੀ ਕੁਛ ਮੁੱਦੇ ਕੀ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਸੋਚੀਆਂ ਜਾਣੀਆਂ ਨੇ ਸੋਚੀਆਂ ਜਾ ਰਹੀਆਂ ਨੇ ਔਰ ਕੀ ਕੁਛ ਉਹ ਆਪਣੇ ਪਿੰਡ ਦੇ ਵਿਕਾਸ ਵਾਸਤੇ ਇਸ ਵੇਲੇ ਕਰਨਾ ਚਾਹੁੰਦਾ ਹੈ ਤਾਂ ਗੱਲਬਾਤ ਜਿਹੜੀ ਹੈ ਉਹ ਆਪਾਂ ਕਰਾਂਗੇ ਸ਼ਿਵਰਾਜ ਸਿੰਘ ਹੋਣਾ ਦੇ ਨਾਲ ਸ਼ਿਵਰਾਜ ਸਿੰਘ ਹੋਣੀ ਪੰਜਾਬ ਤੋਂ ਨੇ ਔਰ ਸ਼ਿਵਰਾਜ ਸਿੰਘ ਹੋਣਾ ਦਾ ਪਿੰਡ ਘਲੋਟੀ ਹੈ ਧਰਮਕੋਟ ਮੋਗੇ ਦੇ ਵਿੱਚ ਸ਼ਿਵਰਾਜ ਹੋਣਾ ਦੀ ਉਮਰ 22 ਸਾਲ ਹੈ ਔਰ ਸ਼ਿਵਰਾਜ ਕੈਨੇਡਾ ਦੇ ਵਿੱਚੋਂ ਹੀ ਪੜ੍ਹਾਈ ਕਰਕੇ ਵਾਪਸ ਪੰਜਾਬ ਜਾ ਕੇ ਸਰਪੰਚ ਬਣੇ ਨੇ ਇੰਟਰਨੈਸ਼ਨਲ ਬਿਜ਼ਨਸ ਲੈਂਪਟਨ ਕਾਲਜ ਓਨਟਾਰੀਓ ਦੇ ਵਿੱਚ ਇਹਨਾਂ ਨੇ ਆਪਣੀ ਪੜ੍ਹਾਈ ਜਿਹੜੀ ਆ ਉਹ ਪੂਰੀ ਕੀਤੀ ਤਾਂ ਸਵਾਗਤ ਕਰਦੇ ਹਾਂ ਸ਼ੋਅ ਦੇ ਵਿੱਚ ਸ਼ਿਵਰਾਜ ਵੈਲਕਮ ਟੂ ਰੈਡ ਐਫ ਐਮ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਸ਼ਿਵਰਾਜ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹਾਂਗਾ ਥੋੜ੍ਹਾ ਆਪਣੇ ਬਾਰੇ ਜਾਣਕਾਰੀ ਜ਼ਰੂਰ ਸਾਂਝ ਦੇ ਵਿੱਚ ਤੁਸੀਂ ਪਾਓ ਕਿਹੜੇ ਸੰਨ ਦੇ ਵਿੱਚ ਤੁਸੀਂ ਕੈਨੇਡਾ ਆਏ ਸੀ ਔਰ ਹੁਣ ਇਸ ਵੇਲੇ ਕਿਵੇਂ ਦਾ ਮਾਹੌਲ ਪਿੰਡ ਦੇ ਵਿੱਚ ਵੀ ਬਣਿਆ ਹੋਇਆ ਸ਼ੁਰੂਆਤ ਤੁਹਾਡੇ ਸਫ਼ਰ ਤੋਂ ਕਰਦੇ ਹਾਂ ਜਿਹੜੀ ਤੁਹਾਡੀ ਪਿੰਡ ਤੋਂ ਕੈਨੇਡਾ ਤੱਕ ਦਾ ਸਫ਼ਰ ਰਿਹਾ ਬਿਲਕੁਲ ਜੀ ਮੈਂ 2020 ਦਸੰਬਰ ਦੇ ਵਿੱਚ ਕੈਨੇਡਾ ਆਇਆ ਸੀ ਜੀ ਸਟੱਡੀ ਵੀਜ਼ੇ ਤੇ ਮੇਰਾ ਜਨਵਰੀ ਇਨਟੇਕ ਸੀ 2021 ਦਾ ਤੇ ਮੈਂ ਲੈਂਪਟਨ ਕਾਲਜ ਮਿਸੀਸਾਗਾ ਕੈਂਪਸ ਤੋਂ ਆਪਣੀ ਇੰਟਰਨੈਸ਼ਨਲ ਬਿਜ਼ਨਸ ਮੇਰਾ ਡਿਪਲੋਮਾ ਸੀ 2 PG ਉਹ ਮੈਂ ਕੰਪਲੀਟ ਕੀਤਾ ਤੇ 18 March 2024 ਨੂੰ ਮੈਂ ਵਾਪਸ ਪੰਜਾਬ ਆਇਆ ਅੱਛਾ ਪਹਿਲਾਂ ਤਾਂ ਦੱਸੋ ਕਿ ਤੁਹਾਡੀ ਸਟੱਡੀ ਕਿਵੇਂ ਰਹੀ ਸਟੱਡੀਜ਼ ਦੇ ਵਿੱਚ ਸਭ ਕੁਝ ਵਧੀਆ ਰਿਹਾ ਤੁਹਾਡੀ ਪੜ੍ਹਾਈ ਕੰਪਲੀਟ ਹੋ ਗਈ ਪੂਰੇ ਵਧੀਆ ਤਰੀਕੇ ਨਾਲ ਬਿਲਕੁਲ ਜੀ ਮੇਰੀ ਸਟੱਡੀ ਕੰਪਲੀਟ ਹੋਈ ਜੀ 4 SEM ਸੀ ਜੀ 4 SEM ਦੇ ਵਿੱਚ ਤੇ ਮੈਂ 3.33 GPA ਨਾਲ ਗ੍ਰੈਜੂਏਟ ਹਾਂ ਜੀ ਓਕੇ ਵੈਰੀ ਨਾਈਸ ਫੋਰ ਹੁੰਦੀ ਹੈ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਹਾਂਜੀ ਵਧੀਆ ਐਕਸਪੀਰੀਅੰਸ ਸੀ ਵਧੀਆ ਐਕਸਪੀਰੀਅੰਸ ਸੀਗਾ ਕਿਸ ਚੀਜ਼ ਨੇ ਤੁਹਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਵੀ ਕੈਨੇਡਾ ਜਾ ਕੇ ਪੜ੍ਹਾਈ ਹਾਸਲ ਕਰੋ ਔਰ ਫਿਰ ਵਾਪਸ ਪਿੰਡ ਜਾਣ ਦਾ ਜਿਹੜਾ ਤੁਹਾਡਾ ਮਨ ਹੈ ਉਹ ਕਿਵੇਂ ਬਣਿਆ ਬਿਲਕੁਲ ਜੀ ਜਦੋਂ ਮੈਂ +2 ਪਾਸ ਆਊਟ ਹੋਇਆ ਜੀ 2020 ਚ ਮੈਂ +2 ਪਾਸ ਆਊਟ ਹੋਇਆ ਜੀ ਉਦੋਂ ਕੋਵਿਡ ਸੀ ਤਾਂ ਮੇਰੇ 2 ਐਗਜ਼ਾਮ ਵੀ ਰਹਿੰਦੇ ਸੀ ਜੋ ਕੈਂਸਲ ਕਰਤੇ ਸੀ ਬਾਅਦ ਚੋਂ ਤਾਂ ਉਹਦੇ ਬੇਸ ਤੇ ਮੇਰਾ ਰਿਜ਼ਲਟ ਆਇਆ ਫਿਰ ਉਸ ਟਾਈਮ ਤਾਂ ਆਇਲ ਸੈਂਟਰ ਵੀ ਬੰਦ ਸੀ ਕਿਉਂਕਿ ਕੋਵਿਡ ਕਰਕੇ ਕੁਛ ਵੀ ਸਾਰਾ ਕੁਛ ਫੌਜ ਪੌਜ ਹੋਇਆ ਪਿਆ ਸੀ ਜੀ ਤਾਂ ਉਸੇ ਟਾਈਮ ਫਿਰ ਸਪਟੈਂਬਰ ਦੇ ਵਿੱਚ ਦੁਬਾਰਾ ਆਇਲ ਸੈਂਟਰ ਖੁੱਲੇ ਤੇ ਪਰ ਪਹਿਲਾਂ ਮੇਰੀ ਸ਼ੁਰੂਆਤ ਇਹੀ ਸੀ ਜਦੋਂ ਮੈਂ ਘਰ ਵਿੱਚ ਵੀ ਵਿਚਰਦਾ ਮੇਰਾ ਕੋਈ ਬਾਹਰ ਜਾਣ ਦਾ ਇੰਟਰਸਟ ਨਹੀਂ ਹੈਗਾ ਸੀ ਹਾਲਾਂਕਿ ਮੇਰੇ ਐਲਡਰ ਸਿਸਟਰ ਨੇ ਉਹ ਕੈਨੇਡਾ ਚ PR ਨੇ ਜੀ ਠੀਕ ਹੈ ਹਾਂਜੀ ਤਾਂ ਮੈਨੂੰ ਉਹ ਵੀ ਕਹਿੰਦੇ ਕਨਵਿੰਸ ਕਰਦੇ ਤੂੰ ਬਾਹਰ ਆ ਜਾ ਮੇਰੇ ਪੇਰੈਂਟਸ ਕਹਿੰਦੇ ਚਲੋ ਪੇਰੈਂਟਸ ਮੇਰਾ ਸੀ ਉਹ ਮੈਨੂੰ ਕੰਪੈਲ ਨਹੀਂ ਕਰਦੇ ਕਿਸੇ ਵੀ ਚੀਜ਼ ਲਈ ਕਹਿੰਦੇ ਭਈ ਜਿਵੇਂ ਤੈਨੂੰ ਲੱਗਦਾ ਤੈਨੂੰ ਸਹੀ ਲੱਗਦਾ ਤੂੰ ਆਪਦੀ ਮਰਜ਼ੀ ਕਰ ਅਸੀਂ ਤੇਰੇ ਨਾਲ ਤੂੰ ਡਿਸੀਜਨ ਆਪ ਲੈਣਾ ਵਾ ਅਸੀਂ ਤੇਰੇ ਨਾਲ ਠੀਕ ਹੈ
ਤਾਂ ਮੈਂ ਕਿਹਾ ਠੀਕ ਹੈ ਚਲੋ ਤੇ ਮੈਂ ਆਈਲੈਟਸ ਕੀਤੀ ਜੀ ਤੇ ਮੈਂ ਆਈਲੈਟਸ ਕਰਕੇ ਮੇਰੇ 6.5 ਬੈਂਡ ਸਕੋਰ ਆਏ ਤਾਂ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੱਲ ਦੱਸਦਾ ਕਿ ਪਾਪਾ ਨੇ ਜਦੋਂ ਆਏ ਤੇ ਮੈਨੂੰ ਸਰ ਨੇ ਕਿਹਾ ਵੀ ਤੇਰੇ ਬੈਂਡ ਆ ਗਏ ਕੰਗ੍ਰੈਚੁਲੇਸ਼ਨ ਮੈਂ ਕਿਹਾ ਥੈਂਕ ਯੂ ਸਰ ਤੇ ਮੈਂ ਘਰੇ ਦੱਸਿਆ ਕਿ ਮੇਰੇ ਬੈਂਡ ਆ ਗਏ ਜੀ ਕਹਿੰਦੇ ਠੀਕ ਹੈ ਜੀ ਕਹਿੰਦੇ ਫਿਰ ਹੁਣ ਕਰੀਏ ਤਿਆਰੀ ਮੈਂ ਕਿਹਾ ਜੀ ਤਿਆਰੀ ਨਹੀਂ ਕਰਨੀ ਮੈਂ ਤੁਸੀਂ ਮੈਨੂੰ ਕਿਹਾ ਸੀ ਆਈਲੈਟਸ ਕਰ ਤੇ ਮੈਂ ਕਰ ਲਿਆ ਤੁਹਾਡੇ ਕਹਿਣ ਤੇ ਮੈਂ ਆਈਲੈਟਸ ਕਰ ਲਿਆ ਪਰ ਮੈਂ ਬਾਹਰ ਨਹੀਂ ਜਾਣਾ ਅੱਛਾ ਵੀ ਤੁਸੀਂ ਇਹ ਬੈਂਡ ਰੱਖੋ TRF ਆ ਜਾਣਾ ਵਾ ਤੇ ਬੈਂਡ ਸਕੋਰ ਹੁਣ ਤੁਸੀਂ ਮੈਨੂੰ ਮੈਂ ਆਈਲੈਟਸ ਕਰਨ ਦਾ ਮੇਰਾ ਮੋਟਿਵ ਸਿਰਫ ਇੱਕ ਹੀ ਸੀ ਕਿ ਤੁਸੀਂ ਮੈਨੂੰ ਇਹ ਚੀਜ਼ ਨਾ ਕਹੋ ਵੀ ਇਹ ਆਈਲੈਟਸ ਤੋਂ ਭੱਜਦਾ ਵਾ ਇਹ ਤੋਂ ਹੁਣ ਹੀ ਨਹੀਂ ਇਹ ਤਾਂ ਨਹੀਂ ਕਰਦਾ ਪਿਆ ਠੀਕ ਹੈ ਇਸੇ ਕਰਕੇ ਫਿਰ ਦੁਬਾਰਾ ਮੈਂ ਇੱਥੇ ਕਾਲਜ 'ਚ ਐਡਮਿਸ਼ਨ ਲੈ ਲਈ ਜੀ ਸਿੰਪਲ ਗ੍ਰੈਜੂਏਸ਼ਨ 'ਚ ਤੇ ਮੇਰਾ ਮਨ ਸੀ ਕਿ ਸਿਵਲ ਦੀ ਪ੍ਰੈਪਰੇਸ਼ਨ ਕਰਾਂ ਤਾਂ ਮੇਰਾ ਇੰਟਰਸਟ ਵੀ ਸੀ ਚਾਹੇ ਉਹ ਪੋਲੀਟਿਕਸ 'ਚ ਵੀ ਕਹਿ ਲਓ ਇਕਨੋਮਿਕਸ 'ਚ ਕਹਿ ਲਓ ਚਲੋ ਮੈਨੂੰ ਲੱਗਦਾ ਸੀ ਕਿ ਮੈਨੂੰ ਕਰਨਾ ਚਾਹੀਦਾ ਵਾ ਤੇ ਫਿਰ ਏਦਾਂ ਹੀ ਸਬੱਬ ਬਣਿਆ ਜੀ ਮੇਰੇ ਦੋਸਤ ਸੀ ਸਾਰੇ ਤਾਂ ਉਹਨਾਂ ਨੇ ਵੀ ਜਾਣਾ ਸੀ ਬਾਹਰ ਉਹ ਤਿੰਨ ਚਾਰ ਜਣੇ ਉਹ ਵੀ ਗਏ ਇਕੱਠੇ ਤਾਂ ਫਿਰ ਮੈਂ ਮਾਮਾ ਜੀ ਗਏ ਘਰੇ ਸੀ ਤੇ ਉੱਥੇ ਨਾ ਐਵੇਂ ਜਦੋਂ ਸਾਰੀ ਫੈਮਿਲੀ ਬੈਠੀ ਗੱਲਾਂ ਕਰਦੇ ਪਏ ਅਸਲੀ ਜੋ ਮੇਨ ਗੱਲ ਸੀ ਬਾਹਰ ਜਾਣ ਦੀ ਮੇਰੇ ਮਾਮੀ ਜੀ ਕਹਿੰਦੇ ਸ਼ਿਵਰਾਜ ਦੇਖ ਲਾ ਵੀ ਤੇਰੇ ਕੋਲ ਅੱਜ ਮੌਕਾ ਵਾ ਕਿਉਂਕਿ ਸਾਰਿਆਂ ਚ ਦੌੜ ਹੈ ਅੱਜ ਬਾਹਰ ਜਾਣ ਦੀ ਤੈਨੂੰ ਕਿਤੇ ਇਹ ਅਸੀਂ ਤੈਨੂੰ ਕੰਪੈਲ ਨਹੀਂ ਕਰਦੇ ਪਏ ਤੂੰ ਆਪਦਾ ਡਿਸੀਜਨ ਆਪਣੇ ਆਪ ਲੈਣਾ ਹੈ ਪਰ ਅਸੀਂ ਤੈਨੂੰ ਇਹ ਕਹਿੰਦੇ ਹਾਂ ਤੂੰ ਇੱਕ ਚੀਜ਼ ਇਹ ਸੋਚ ਲਾ ਆਪਦੇ ਆਪ ਨੂੰ ਆਪਦੇ ਆਪ ਤੋਂ ਇਹ ਡਿਸੀਜਨ ਲੈ ਲਾ ਕਿ ਮੈਂ ਇੱਥੇ ਸੈਟਿਸਫਾਈ ਹਾਂ ਇੱਥੇ ਰਹਿ ਕੇ ਤੈਨੂੰ ਕੱਲ੍ਹ ਨੂੰ ਇਨ ਕੇਸ ਇਹ ਚੀਜ਼ ਫੀਲ ਨਾ ਹੋਵੇ ਕਿ ਮੇਰੇ ਕੋਲ ਓਪਰਚੁਨਿਟੀ ਸੀ ਮੈਂ ਚਲਾ ਜਾਂਦਾ ਤਾਂ ਵਧੀਆ ਰਹਿੰਦਾ ਮੈਂ ਗਲਤ ਡਿਸੀਜਨ ਲਿਆ ਵੀ ਇਹ ਚੀਜ਼ ਨਾ ਆਪਣੇ ਆਪ ਨਾਲ ਤੂੰ ਕਨਫਰਮ ਕਰ ਲਾ ਰਾਈਟ ਤਾਂ ਮੈਂ ਇਹ ਚੀਜ਼ ਕੀਤੀ ਜਦੋਂ ਤਾਂ ਮੈਨੂੰ ਥੋੜਾ ਜਿਹਾ ਮੈਂ ਜਿਵੇਂ ਡਿਸਬੈਲੈਂਸ ਜਿਹਾ ਸੀ ਪ੍ਰੋਪਰ ਹਾਂ ਜੀ ਨੀ ਮਨ ਨੇ ਫੜਾਈ ਵੀ ਹਾਂ ਠੀਕ ਆ ਵੀ ਨਹੀਂ ਜਾਣਾ ਮੈਂ ਕਿਹਾ ਵੀ ਚਲੋ ਮੈਂ ਕਿਹਾ ਚੱਲ ਏਦਾਂ ਕਰਦੇ ਹਾਂ ਸਟੱਡੀ ਕਰਦੇ ਹਾਂ ਵਾਪਸ ਆ ਜਾਵਾਂਗੇ ਆਪਾਂ ਪੱਕੇ ਨਹੀਂ ਰਹਿੰਦੇ ਉੱਥੇ ਇਸੇ ਕਰਕੇ ਫਿਰ ਤੁਸੀਂ ਪਹਿਲਾਂ ਹੀ ਮਨ ਬਣਾ ਕੇ ਗਏ ਸੀ ਕਿ ਵਾਪਸ ਆਉਣਾ ਤੁਸੀਂ ਬਿਲਕੁਲ ਜੀ ਜਦੋਂ ਮੈਂ ਬਾਹਰ ਜਾਣ ਦਾ ਮੇਰਾ ਸਟੈਪ ਪ੍ਰੋਸੀਜਰ ਸਟਾਰਟ ਹੋਇਆ ਸੀ ਇਹ ਚੀਜ਼ ਤਾਂ ਪਹਿਲਾਂ ਹੀ ਸੀ ਕਿ ਸ਼ਿਵਰਾਜ ਵਾਪਸ ਇੱਕ ਦਿਨ ਆਊਗਾ ਹੀ ਆਊਗਾ ਉੱਥੇ ਪੱਕਾ ਕਦੇ ਨਹੀਂ ਰਹੂਗਾ ਤੇ ਨੋਰਮਲ ਜਦੋਂ ਉੱਥੇ ਮੈਂ ਵੀਕਐਂਡ ਹੀ ਹੁੰਦਾ ਮੇਨ ਇਕੱਠੇ ਹੋਣ ਲਈ ਤੁਸੀਂ ਹੁਣ ਵੀ ਤੁਹਾਨੂੰ ਵੀ ਪਤਾ ਹੀ ਹੈ ਜੀ ਤੇ ਉੱਥੇ ਜਦੋਂ ਗੱਲਾਂ ਹੁੰਦੀਆਂ ਕਹਿੰਦੇ ਕਿਵੇਂ ਅੱਗੇ ਦਾ ਕੀ ਪਲਾਨ ਮੈਂ ਕਿਹਾ ਵੀ ਸਟੱਡੀ ਕੰਪਲੀਟ ਕਰਕੇ ਮੈਂ ਤਾਂ ਬਈ ਚਲੇ ਜਾਣਾ ਮੈਂ ਇੱਥੇ ਰਹਿਣਾ ਨਹੀਂ ਪਰ ਬਹੁਤ ਸਾਰੀਆਂ ਓਪਰਚੁਨਿਟੀਜ਼ ਹੈ ਕੈਨੇਡਾ ਤਾਂ ਲੈਂਡ ਆਫ ਓਪਰਚੁਨਿਟੀਜ਼ ਇਸ ਨੂੰ ਕਿਹਾ ਜਾਂਦਾ ਹੈ ਬੱਚੇ ਆਉਂਦੇ ਨੇ ਸੁਪਨਾ ਹਰੇਕ ਬੱਚੇ ਦਾ ਕਿ ਇੱਥੇ ਆ ਕੇ ਆਪਣਾ ਜੀਵਨ ਉਹ ਅੱਗੇ ਹੋਰ ਵਧਾਵੇ ਸਟੱਡੀਜ਼ ਕਰੇ ਸਟੱਡੀਜ਼ ਤੋਂ ਬਾਅਦ ਵਰਕ ਪਰਮਿਟ ਮਿਲਦਾ ਅਤੇ ਉਸ ਤੋਂ ਬਾਅਦ ਫਿਰ PR ਤੱਕ ਜਿਹੜਾ ਹੈ ਉਹ ਸਫ਼ਰ ਬਹੁਤ ਬੱਚਿਆਂ ਦਾ ਜਿਹੜਾ ਹੈ ਅਸੀਂ ਵੇਖਿਆ ਵੀ ਹੈ ਔਰ ਸਭ ਦਾ ਇਹ ਸੁਪਨਾ ਵੀ ਰਿਹਾ ਕਿ ਕੈਨੇਡਾ ਦੇ ਵਿੱਚ ਹੀ ਅੱਗੇ ਆਪਣੀ ਲਾਈਫ ਨੂੰ ਵਧਾਇਆ ਜਾਵੇ ਪਰ ਅਜਿਹੀ ਪਿੰਡ ਦੀ ਕਿਹੜੀ ਤੁਹਾਨੂੰ ਖਿੱਚ ਸੀ ਕਿਹੜੀ ਤਾਂਘ ਸੀਗੀ ਜਿਹੜੀ ਤੁਹਾਨੂੰ ਵਾਪਸ ਲੈ ਆਈ ਬਿਲਕੁਲ ਜੀ ਵਾਪਸ ਆਉਣ ਦਾ ਮੇਨ ਕਾਰਨ ਤਾਂ ਸਿਰਫ ਇੱਕ ਹੀ ਸੀ ਜੀ ਚਲੋ ਪਰਿਵਾਰ ਨਾਲ ਹਰ ਇੱਕ ਕੋਈ ਜੁੜਿਆ ਹੁੰਦਾ ਜੀ ਆਪਦੇ ਪਿੰਡ ਨਾਲ ਵੀ ਜੁੜਿਆ ਹੁੰਦਾ ਖਾਸ ਕਰਕੇ ਜਦੋਂ ਆਪਾਂ ਘਰ ਤੋਂ ਦੂਰ ਹੁੰਦੇ ਹਾਂ ਨਾ ਜੀ ਉਦੋਂ ਪਰਿਵਾਰ ਦੇ ਨਾਲ ਨਾਲ ਪਿੰਡ ਦੀ ਖਿੱਚ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਜੀ ਤਾਂ ਮੇਨ ਕਾਰਨ ਜਿਹੜਾ ਵਾਪਸ ਆਉਣ ਦਾ ਇਹ ਸੀ ਮੈਨੂੰ ਏਦਾਂ ਫੀਲ ਹੋਇਆ ਚਲੋ ਇਹ ਚੀਜ਼ ਸੱਚਾਈ ਆ ਕੋਈ ਇਸ ਚੀਜ਼ ਨੂੰ ਮੰਨਦਾ ਕੋਈ ਨਹੀਂ ਮੰਨਦਾ ਕਿ ਜਿਵੇਂ ਇੱਥੇ ਰਹੂੰਗਾ ਜਨਰੇਸ਼ਨ ਅੱਗੇ ਦੀ ਅੱਗੇ ਵੱਧਦੀ ਜਾਊਗੀ ਪਿੰਡ ਦੇ ਵਿੱਚੋਂ ਮੇਰੇ ਪਰਿਵਾਰ ਦਾ ਨਾਮ ਖਤਮ ਹੋ ਜਾਊਗਾ ਇਹ ਮੇਨ ਕਾਰਨ ਸੀ ਕਿ ਮੈਂ ਇਹ ਚੀਜ਼ ਖਤਮ ਹੁੰਦੀ ਦੇਖਦਾ ਕਿ ਮੈਂ ਸੋਚ ਵੀ ਨਹੀਂ ਸਕਦਾ ਵੀ ਮੇਰੇ ਪਰਿਵਾਰ ਦਾ ਨਾਮ ਖਤਮ ਹੋ ਤੇ ਕੀ ਤੁਹਾਡੇ ਪਰਿਵਾਰ ਦੇ ਵਿੱਚ ਹੈ ਕੋਈ ਪੋਲੀਟੀਕਲੀ ਐਕਟੀਵੇਟਿਡ ਹੈ ਮਤਲਬ ਜਿਹੜਾ ਕੋਈ ਪੋਲੀਟਿਕਸ ਦੇ ਵਿੱਚ ਐਕਟਿਵ ਹੋਵੇ ਔਰ ਉਸਦੇ ਵੱਲੋਂ ਕੋਈ ਪਹਿਲਾਂ ਕੋਈ ਸਰਪੰਚੀ ਚੋਣ ਲੜੀ ਗਈ ਹੋਵੇ ਜਾਂ ਕਿਸੇ ਹੋਰ ਕਿਸੇ ਹੋਵੇ ਉਹ ਪਾਰਟੀ ਦੇ ਨਾਲ ਜੁੜਿਆ ਹੋਵੇ ਫਾਦਰ ਸਾਹਿਬ ਸਰਦਾਰ ਚਰਨਜੀਤ ਸਿੰਘ ਜੀ ਉਹਨਾਂ ਨੇ ਜੀ 2008 ਵਾਲੀ ਜਿਹੜੀ ਟਰਮ ਸੀ ਉਦੋਂ ਮੈਂਬਰਾਂ ਤੋਂ ਸਰਪੰਚ ਬਣਦੇ ਹੁੰਦੇ ਸੀ ਜੀ ਹੁਣ ਜਿਵੇਂ ਸਰਪੰਚੀ ਦੀ ਸਿੱਧੀ ਚੋਣ ਹੁੰਦੀ ਨਾ ਉਸ ਟਾਈਮ ਮੈਂਬਰਾਂ ਦਾ ਸਰਪੰਚ ਸੀ ਤਾਂ ਇੱਕ ਸਾਲ ਦੇ ਕਰੀਬ ਉਦੋਂ ਸਰਪੰਚੀ ਕੀਤੀ ਹੈ ਜੀ ਫਾਦਰ ਸਾਹਿਬ ਨੇ ਜੀ ਤੇ ਜਿੱਥੋਂ ਤੱਕ ਪੋਲੀਟੀਕਲ ਬੈਕਗਰਾਉਂਡ ਦੀ ਗੱਲ ਹੈ ਜੀ ਅਸੀਂ ਕਿਸੇ ਪਾਰਟੀ ਨਾਲ ਐਸੋਸੀਏਟਡ ਨਹੀਂ ਗਏ ਧਰਮਕੋਟ ਤੋਂ MLA ਸਰਦਾਰ ਦਵਿੰਦਰਜੀਤ ਸਿੰਘ ਲਾਡੀ ਢੋਸ ਜੀ ਉਹ ਰਿਲੇਟਿਵ ਨੇ ਸਾਡੇ ਪਰਿਵਾਰਿਕ ਸਾਂਝ ਹੈ ਉਹਨਾਂ ਨਾਲ ਤਾਂ ਪਰਿਵਾਰ ਦੇ ਤੌਰ ਤੇ ਉਹਨਾਂ ਦੇ ਨਾਲ ਜੁੜੇ ਹੋਏ ਹਾਂ ਠੀਕ ਹੈ ਔਰ ਸ਼ਿਵਰਾਜ ਕਿਵੇਂ ਫਿਰ ਸਬੱਬ ਬਣਦਾ ਹੈ ਜਦੋਂ ਤੁਸੀਂ ਵਾਪਸ ਪਿੰਡ ਨੂੰ ਚਲੇ ਜਾਂਦੇ ਹੋ ਤਾਂ ਸਰਪੰਚੀ ਚੋਣਾਂ ਆਉਂਦੀਆਂ ਨੇ ਤਾਂ ਫਿਰ ਇਹ ਕਿਵੇਂ ਜ਼ਹਿਨ ਦੇ ਵਿੱਚ ਕਿਵੇਂ ਆਉਂਦਾ ਹੈ ਕਿ ਮੈਂ ਸਰਪੰਚੀ ਚੋਣਾਂ ਵਾਸਤੇ ਖੜਾ ਹੋਣਾ ਹੈ ਔਰ ਸਰਬਸੰਮਤੀ ਦੇ ਨਾਲ ਫਿਰ ਪਿੰਡ ਕਿਵੇਂ ਚੁਣਦਾ ਹੈ ਪਿੰਡ ਨੇ ਸਰਬਸੰਮਤੀ ਕਿਵੇਂ ਦਿਖਾਈ ਤੁਹਾਡੇ ਵਾਸਤੇ ਬਿਲਕੁਲ ਜੀ ਇਸ 'ਚ ਜੀ
ਇਹ ਚੀਜ਼ ਮੇਨ ਕਾਰਨ ਇਹ ਹੈ ਜੀ, ਚਲੋ ਇੱਕ ਸਾਲ ਸਰਪੰਚੀ ਫਾਦਰ ਸਾਹਿਬ ਨੇ ਬੇਸ਼ੱਕ ਇੱਕ ਸਾਲ ਕੀਤੀ ਹੈ ਜੀ, ਪਰ ਉਹ ਐਮ ਐਲ ਏ ਸਾਹਿਬ ਦੇ ਫਾਦਰ ਸਾਹਿਬ ਸਰਦਾਰ ਕੁਲਦੀਪ ਸਿੰਘ ਢੋਸ ਐਸ ਜੀ ਪੀ ਸੀ ਮੈਂਬਰ ਰਹੇ ਜੀ, ਤਾਂ ਉਹ ਪਾਪਾ ਜੀ ਦੇ ਉਹ ਮਾਮਾ ਜੀ ਹੈ ਜੀ, ਤਾਂ ਪਾਪਾ ਦਾ ਸ਼ੁਰੂ ਤੋਂ ਹੀ ਜ਼ਿਆਦਾ ਟਾਈਮ ਉਹ ਨਾਨਕਾ ਪਰਿਵਾਰ 'ਚ ਹੀ ਰਹੇ ਆ, ਕਿ ਪਿੰਡ ਕੈਲਾ ਜੀ ਉੱਥੇ ਹੀ ਰਹੇ ਆ ਉਹ ਵੀ, ਤਾਂ ਉਸੇ ਕਰਕੇ ਪੋਲੀਟੀਕਲ ਟੱਚ ਥੋੜਾ ਜਿਹਾ ਹੋ ਗਿਆ, ਫੈਮਿਲੀ ਦਾ ਇਨਵਾਇਰਮੈਂਟ ਉਸ ਤਰ੍ਹਾਂ ਦਾ ਸੀ, ਤਾਂ ਨਾਲ ਜਾਣਾ ਕਿਤੇ ਕੋਈ ਇਲੈਕਸ਼ਨ ਹੋਣਾ ਤਾਂ ਕੰਪੇਨ ਦੇ ਵਿੱਚ ਨਾਲ ਸਾਥ ਦੇਣਾ ਪਰਿਵਾਰਕ ਤੌਰ ਤੇ, ਤਾਂ ਇਸੇ ਕਰਕੇ ਕੋਈ ਕੰਮ ਪਿੰਡ ਵਾਲਿਆਂ ਨੂੰ ਹੁੰਦਾ, ਇਹ ਆਪਾਂ ਨੋਰਮਲੀ ਪਿੰਡਾਂ 'ਚ ਛੋਟੇ ਮੋਟੇ ਕੰਮ ਹੁੰਦੇ ਆ, ਜਦੋਂ ਆਪਾਂ ਨੂੰ ਪਤਾ ਕਿਸੇ ਦੀ ਪੋਲੀਟੀਕਲ ਪਾਵਰ 'ਚ ਮਾੜਾ ਮੋਟਾ ਹੁੰਦਾ ਤੇ ਅਗਲਾ ਆਸ ਰੱਖ ਕੇ ਪਹੁੰਚ ਕਰਦਾ ਕਿ ਤੁਸੀਂ ਮੇਰਾ ਕੰਮ ਕਰਵਾਓ, ਪਿੰਡਾਂ 'ਚ ਕਿਹੜੇ ਕੰਮ ਛੋਟੇ ਮੋਟੇ ਕੰਮ ਹੁੰਦੇ, ਠਾਣੇ ਕਚਹਿਰੇ ਕੁਛ ਵੀ ਜੀ, ਤਾਂ ਇਸ ਤਰ੍ਹਾਂ ਫਾਦਰ ਸਾਹਿਬ ਚਲੋ ਕਰਵਾਉਂਦੇ ਰਹੇ ਹੁੰਦੇ ਰਹੇ, ਤਾਂ ਲੋਕ ਜੁੜਦੇ ਰਹੇ ਉਸ ਨਾਲ, ਤਾਂ 30-35 ਸਾਲ ਆਪਾਂ ਨੇ ਅੱਜ ਤੱਕ ਹੋ ਗਿਆ ਜੀ ਇਹਨਾਂ ਕੰਮਾਂ ਦੇ, ਪਰਿਵਾਰ ਨਾਲ ਸਾਰੇ ਪਿੰਡ ਦੇ ਲੋਕ ਜੁੜੇ ਆ, ਤੇ ਹੁਣ ਵੀ ਅਸਲੀ ਕਾਰਨ ਇਹੀ ਸੀ ਸਾਡੇ ਪਰਿਵਾਰ ਨੂੰ ਅੱਗੇ ਲਿਆਉਣ ਦਾ, ਕਿ ਬਿਲਕੁਲ ਇਹ ਜਿਹੜੀ ਸਰਬਸੰਮਤੀ ਹੋਈ ਹੈ ਪਿੰਡ ਦੀ ਸਰਬਸੰਮਤੀ ਹੋਈ ਹੈ, ਸਾਰੀ ਪੰਚਾਇਤ ਦੀ ਸਰਬਸੰਮਤੀ ਹੋਈ ਹੈ, ਸਾਡੇ ਪਿੰਡ 'ਚ ਸਾਰੇ ਹੀ ਧੜੇ ਨੇ, ਅਕਾਲੀ ਦਲ ਦਾ ਵੀ ਹੈਗਾ, ਕਾਂਗਰਸ ਦਾ ਵੀ ਹੈਗਾ, ਆਮ ਆਦਮੀ ਸਾਰੇ ਹੀ ਨੇ ਜੀ, ਪਰ ਜਿਹੜੀ ਸਰਬਸੰਮਤੀ ਹੋਈ ਹੈ ਉਹਦਾ ਕਾਰਨ ਇੱਕ ਸੀ, ਪਿੰਡ ਦੀ ਮੈਂ ਇੱਕ ਸੂਝਵਾਨਤਾ ਕਹੂੰਗਾ, ਇੱਕ ਚੰਗੀ ਸੋਚ ਕਹੂੰਗਾ, ਉਹਨਾਂ ਪਾਸਿਆਂ ਨੇ ਪਿਛਲੀ ਵਾਰ ਵੀ ਸਾਡੇ ਪਿੰਡ ਦੇ ਵਿੱਚ ਸਰਬਸੰਮਤੀ ਹੋਈ ਹੈ ਜੀ, ਕਾਂਗਰਸ ਦੀ ਸਰਕਾਰ ਸੀ ਤੇ ਕਾਂਗਰਸ ਦੇ ਨੁਮਾਇੰਦੇ ਨੂੰ ਅਸੀਂ ਬਣਾਇਆ ਜੀ, ਸਾਡੇ ਪਿੰਡ ਦੀ ਇਹ ਸੋਚ ਹੁੰਦੀ ਹੈ ਕਿ ਜੋ ਪਾਵਰ 'ਚ ਹੈ ਜੋ ਪਾਰਟੀ ਹੈ ਉਸ ਦਾ ਇੱਕ ਨੁਮਾਇੰਦਾ ਚੁਣੋ ਤੇ ਪਿੰਡ ਦਾ ਵਿਕਾਸ ਹੋ ਸਕੇ। ਬਿਲਕੁਲ, ਖੀਦਲਾ ਆਖਿਰਕਾਰ ਸਾਰਿਆਂ ਦੀ ਮੰਗ ਹੀ ਹੁੰਦੀ ਹੈ ਔਰ ਸਾਰੇ ਹੀ ਚਾਹੁੰਦੇ ਹੁੰਦੇ ਨੇ ਕਿ ਪਿੰਡ ਦਾ ਵਿਕਾਸ ਹੀ ਹੋਵੇ, ਪਾਰਟੀਬਾਜ਼ੀ ਤੋਂ ਜਿਹੜਾ ਹੈ ਉਹ ਆਪਾਂ ਉੱਪਰ ਉੱਠੀਏ। ਕਿ ਤੁਹਾਡੇ ਪਿੰਡ ਨੂੰ ਲੈ ਕੇ, ਕਿਉਂਕਿ ਤੁਸੀਂ ਨੌਜਵਾਨ ਹੋ, 22 ਸਾਲ ਦੀ ਉਮਰ ਹੈ ਤੁਹਾਡੀ, ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੀ ਜ਼ਿੰਮੇਵਾਰੀ ਪੂਰੇ ਪਿੰਡ ਦੀ ਮਿਲੀ ਹੈ, ਕਿਉਂਕਿ ਤੁਹਾਡੇ ਕੋਲ ਪਿੰਡ ਦੇ ਵਿੱਚ ਬਜ਼ੁਰਗ ਨੇ ਵੀ ਆਉਣਾ ਹੈ, ਨੌਜਵਾਨ ਨੇ ਵੀ ਆਉਣਾ ਹੈ, ਬੱਚਿਆਂ ਨੇ ਵੀ ਆਉਣਾ ਹੈ, ਬੀਬੀਆਂ ਨੇ ਵੀ ਆਉਣਾ ਹੈ, ਮਾਤਾਵਾਂ ਭੈਣਾਂ ਸਭ ਨੇ ਆਉਣਾ ਹੈ, ਤਾਂ ਕੀ ਕੁਛ ਹੁਣ ਉਹਨਾਂ ਵਾਸਤੇ ਤੁਸੀਂ ਚੀਜ਼ਾਂ ਸੋਚੀਆਂ ਹੋਈਆਂ ਨੇ, ਕੀ ਕਿਹੋ ਜਿਹੀ ਤੁਸੀਂ ਸਰਪੰਚੀ ਜਿਹੜੀਆਂ ਉਹਨਾਂ ਨੂੰ ਦੇਣੀ ਹੈ? ਬਿਲਕੁਲ ਜੀ, ਪਹਿਲਾਂ ਤਾਂ ਥੋੜੀ ਜਿਹੀ ਮੈਂ ਪਿਛਲੀ ਗੱਲ ਤੇ ਕੰਪਲੀਟ ਕਰਨਾ ਜੀ, ਤੁਸੀਂ ਕਹੇ ਵੀ ਸਰਬਸੰਮਤੀ ਦੀ ਚੋਣ ਕਿਵੇਂ ਹੋਈ, ਤੁਹਾਡੇ ਤੇ ਹੀ ਨਿਗਾਹ ਕਿਉਂ ਸੀ, ਤਾਂ ਇਹਦਾ ਮੇਨ ਕਾਰਨ ਸੀ ਜੀ, ਚਲੋ ਮੈਂ ਵਾਪਸ ਗਿਆ, ਮੈਨੂੰ ਵਾਪਸ ਇੱਥੇ ਇੰਡੀਆ ਆਏ ਨੂੰ 6 ਮਹੀਨੇ ਹੋ ਗਿਆ, ਤਾਂ ਜਿਵੇਂ ਕੰਮ ਚੱਲਦੇ ਪਿੰਡਾਂ ਵਿੱਚ ਮੈਂ ਨਿਗਰਾਨੀ ਕਰਦਾ, ਮੈਂ ਨਾਲ ਜਾਂਦਾ, ਤਾਂ ਪਿੰਡ ਵਾਲਿਆਂ ਦੀ ਸੋਚ ਸੀ ਵੀ ਪਿੰਡ ਵਾਲਿਆਂ ਨੇ ਇਹ ਤੈਅ ਕੀਤਾ ਹੋਇਆ ਸੀ ਕਿ ਇਸ ਪਰਿਵਾਰ ਨੂੰ ਇਸ ਵਾਰ ਸਰਪੰਚੀ ਦੇਣੀ ਹੈ ਜੀ, ਪਰ ਉਹ ਪਾਪਾ ਨੂੰ ਵੀ ਸਰਪੰਚੀ ਦੇ ਸਕਦੇ ਸੀ, ਫਾਦਰ ਸਾਹਿਬ ਨੂੰ ਵੀ ਚੁਣ ਸਕਦੇ ਸੀ, ਪਰ ਉਹਨਾਂ ਦੇ ਸੀ ਆਪਾਂ ਇੱਕ ਨਵੀਂ ਪਹਿਲ ਕਰੀਏ, ਇੱਕ ਯੰਗ ਮੁੰਡੇ ਨੂੰ ਕਰੀਏ, ਇੱਕ ਛੋਟੀ ਉਮਰ ਹੈ ਨਾਲ ਦੀ ਨਾਲ ਉਹ ਕੈਨੇਡਾ ਛੱਡ ਕੇ ਪੰਜਾਬ ਵਾਪਸ ਆਇਆ ਤੇ ਅਸੀਂ ਵੀ ਉਹਨੂੰ ਮਾਨਸਤ ਕਰ ਦਈਏ, ਤੇ ਇਸ ਗੱਲ ਕਰਕੇ ਉਹਨਾਂ ਨੇ ਮੈਨੂੰ ਚੁਣਿਆ, ਤੇ ਇਹੀ ਗੱਲ ਹੈ ਜੀ, ਜਿਹੜਾ ਮੈਨੂੰ ਵੀ ਪਤਾ ਜੀ ਪਿੰਡ ਵਿੱਚ ਸਾਰਿਆਂ ਨੇ ਆਉਣਾ, ਤਾਂ ਮੇਰੀ ਕੋਸ਼ਿਸ਼ ਰਹੂਗੀ ਕਿ ਜਿਵੇਂ ਕਿ ਮੈਨੂੰ ਸਾਰਿਆਂ ਨੇ ਭਾਈਚਾਰਕ ਸਾਂਝ ਕਾਇਮ ਰੱਖਦੇ ਹੋਏ ਮੈਨੂੰ ਸਰਬਸੰਮਤੀ ਨਾਲ ਚੁਣਿਆ, ਇਸੇ ਕਰਕੇ ਮੈਂ ਚੰਗੇ ਫੈਸਲੇ ਕਰਾਂ, ਪਿੰਡ ਦੇ ਹਿੱਤ ਵਿੱਚ ਚੰਗੇ ਫੈਸਲੇ ਕਰਾਂ, ਤੇ ਮੇਰਾ ਕੋਈ ਵੀ ਫੈਸਲਾ ਪਾਰਟੀ ਆਧਾਰਿਤ ਨਾ ਹੋਵੇ, ਮੇਰੇ ਪਿੰਡ ਵਾਸੀਆਂ ਦੇ ਹਿੱਤ ਵਿੱਚ ਹੋਵੇ। ਕਿਵੇਂ ਦਾ ਮਹਿਸੂਸ ਹੋ ਰਿਹਾ ਸੀ, ਕਿਉਂਕਿ ਤਸਵੀਰਾਂ ਤੁਸੀਂ ਪੂਰੇ ਪੰਜਾਬ ਦੀਆਂ ਵੀ ਵੇਖ ਰਹੇ ਹੋਵੋਗੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਸਰਪੰਚੀ ਦੀ ਚੋਣਾਂ ਦੇ ਵਾਸਤੇ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ, ਕਈ ਥਾਵਾਂ ਦੇ ਉੱਤੇ ਜਿਹੜੇ ਮੈਂਬਰ ਸੀਗੇ ਜਿਨ੍ਹਾਂ ਨੇ ਸਰਪੰਚ ਦੀ ਚੋਣ ਲੜਨੀ ਸੀ ਉਹਨਾਂ ਦੇ ਕਾਗਜ਼ ਹੀ ਨਹੀਂ ਭਰਨ ਦਿੱਤੇ, ਆਪਸ ਦੇ ਵਿੱਚ ਜਿਹੜੀ ਇਹ ਪਾਰਟੀਬਾਜ਼ੀ ਹੋ ਜਾਂਦੀ ਹੈ। ਅਕਸਰ ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਇਹ ਚੋਣ ਜਿਹੜੀ ਹੈਗੀ ਹੈ ਇਹ ਹੁੰਦੀ ਤਾਂ ਇੱਕ ਟਾਈਮ ਦੇ ਲਈ ਹੈ, ਪਰ ਇਹ ਰਿਸ਼ਤਿਆਂ ਦੇ ਵਿੱਚ ਖਟਾਸ ਜਿਹੜੀ ਹੈ ਉਮਰਾਂ ਭਰ ਦੇ ਲਈ ਪਾ ਕੇ ਚਲੀ ਜਾਂਦੀ ਹੈ। ਪਾਰਟੀਬਾਜ਼ੀ ਤੋਂ ਉੱਪਰ ਉੱਠਣਾ ਚਾਹੀਦਾ ਪਿੰਡ ਵਾਲਿਆਂ ਨੂੰ ਵੀ, ਔਰ ਆਪਸ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੀਦਾ, ਕਿਉਂਕਿ ਜਿਹੜੀਆਂ ਪਾਰਟੀਆਂ ਦੇ ਵਾਸਤੇ ਲੋਕ ਲੜਦੇ ਨੇ ਇੱਕ ਦੂਜੇ ਦੇ ਸਿਰ ਪਾੜਨ ਨੂੰ ਜਾਂਦੇ ਨੇ, ਬਾਅਦ ਦੇ ਵਿੱਚ ਇਹ ਰਿਲਾਈਜ਼ ਹੁੰਦਾ, ਬਾਅਦ ਦੇ ਵਿੱਚ ਫਿਰ ਇਹ ਮਹਿਸੂਸ ਹੁੰਦਾ ਕਿ ਉਹ ਤਾਂ ਆਪਸ ਦੇ ਵਿੱਚ ਪਾਰਟੀਆਂ ਜਿਹੜੀਆਂ ਨੇ ਉਹ ਲੀਡਰ ਵੀ ਆਪਸ ਦੇ ਵਿੱਚ ਇਕੱਠੇ ਬਹਿ ਜਾਂਦੇ ਨੇ, ਸਟੇਜਾਂ ਵੀ ਕਈ ਵਾਰ ਤਾਂ ਫਿਰ ਉਹ ਸਾਂਝੀਆਂ ਕਰ ਲੈਂਦੇ ਨੇ, ਪਾਰਟੀਆਂ ਵੀ ਬਦਲ ਲੈਂਦੇ ਨੇ, ਇੱਕ ਦੂਜੇ ਪਾਰਟੀਆਂ 'ਚ ਵੀ ਚਲੇ ਜਾਂਦੇ ਨੇ, ਪਰ ਬਾਅਦ ਦੇ ਵਿੱਚ ਜਿਹੜੇ ਉਹਨਾਂ ਕਰਕੇ ਰਿਸ਼ਤੇ ਆਪਸ ਦੇ ਵਿੱਚ ਪਿੰਡ ਦੇ ਵਿੱਚ ਖਰਾਬ ਹੋ ਜਾਂਦੇ ਨੇ, ਉਹ ਬਹੁਤ ਟਾਈਮ ਲੱਗ ਜਾਂਦਾ ਉਹਨਾਂ ਨੂੰ ਸੁਧਰਨ ਦੇ ਵਿੱਚ, ਉਹਨਾਂ ਨੂੰ ਠੀਕ ਹੋਣ ਦੇ ਵਿੱਚ। ਜਦੋਂ ਤੁਸੀਂ ਇਹ ਸਾਰੀਆਂ ਤਸਵੀਰਾਂ ਦੇਖ ਰਹੇ ਸੀਗੇ ਪੰਜਾਬ ਤੋਂ, ਵੱਖੋ ਵੱਖ ਤਸਵੀਰਾਂ ਆ ਰਹੀਆਂ ਸੀ, ਕਿਤੇ ਸਿਰ ਪਾੜੇ ਜਾ ਰਹੇ ਸੀ ਅਤੇ ਕਿਤੇ ਨਾਮਜ਼ਦਗੀ ਦੇ ਪੱਤਰ ਜਿਹੜੇ ਨੇ ਉਹ ਰੱਦ ਕੀਤੇ ਜਾ ਰਹੇ ਸੀ, ਤਾਂ ਕੀ ਜ਼ਹਿਨ ਦੇ ਵਿੱਚ ਚੱਲ ਰਿਹਾ ਸੀ? ਇਹ ਵੀ ਖੁਸ਼ਕਿਸਮਤ ਆਪਣਿਆਂ ਨੂੰ ਸਮਝ ਰਹੇ ਸੀ ਕਿ ਮੈਂ ਭਾਗਾਂ ਵਾਲਾ, ਕਿ ਮੇਰਾ ਪਿੰਡ ਅਜਿਹਾ ਨਹੀਂ ਹੈ, ਸਾਡੇ ਪਿੰਡ 'ਚ ਅਜਿਹਾ ਕੁਛ ਵੀ ਭਾਣਾ ਜਿਹੜਾ ਹੈਗਾ ਉਹ ਨਹੀਂ ਵਾਪਰਿਆ? ਬਿਲਕੁਲ ਜੀ, ਮੈਂ ਪਿੰਡ ਦਾ, ਮੈਂ ਤਾਂ ਇਹੀ ਗੱਲ ਕਹੂੰਗਾ, ਮੈਂ ਪਿੰਡ ਦਾ ਧੰਨਵਾਦ ਕਰ ਹੀ ਨਹੀਂ ਸਕਦਾ, ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਕਿ ਜਿੰਨਾ ਪਿਆਰ ਮਾਨ ਸਤਿਕਾਰ ਉਹਨਾਂ ਨੇ ਮੈਨੂੰ ਬਖਸ਼ਿਆ, ਤਾਂ ਮੈਂ ਉਹਨਾਂ ਦਾ ਰਿਣੀ ਰਹੂੰਗਾ ਸਦਾ, ਤੇ ਮੇਰੀ ਇਹੀ ਕੋਸ਼ਿਸ਼ ਹੋਊਗੀ ਕਿ ਮੈਂ ਜਿੰਨਾ ਵੀ ਵੱਧ ਤੋਂ ਵੱਧ ਕਰ ਸਕਾਂ, ਮੈਂ ਉਹਨਾਂ ਦੇ ਕਰਜ਼ ਨੂੰ ਥੋੜਾ ਬਹੁਤਾ ਅਦਾ ਕਰ ਸਕਦਾ, ਕਿਉਂਕਿ ਜਿੰਨਾ ਉਹਨਾਂ ਨੇ ਮੇਰੇ ਲਈ ਕਰਤਾ ਮੈਂ ਉਹਦਾ ਮੁੱਲ ਤਾਂ ਪਾ ਹੀ ਨਹੀਂ ਸਕਦਾ ਜੀ, ਤਾਂ ਮੇਰੀ ਕੋਸ਼ਿਸ਼ ਰਹੂਗੀ ਕਿ ਮੈਂ ਜਿੰਨਾ ਵੱਧ ਤੋਂ ਵੱਧ ਕੰਮ ਕਰ ਸਕਾਂ ਜੀ। ਤਾਂ ਕੀ ਕੁਛ ਹੁਣ ਏਜੰਡੇ ਕੀ ਨੇ ਤੁਹਾਡੇ
ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਮੇਰੀ ਪ੍ਰੈਫਰੈਂਸ ਹੋਊਗੀ ਜੀ ਪਿੰਡ ਵਿੱਚ ਸਟੱਡੀ ਰਿਲੇਟਡ ਉਪਰਾਲੇ ਕੀਤੇ ਜਾਣ ਜੀ, ਕਿਉਂਕਿ ਸੀਨੀਅਰ ਸੈਕੰਡਰੀ ਸਕੂਲ ਮੇਰੇ ਵਿੱਚ ਪਿੰਡ ਵਿੱਚ ਹੈ ਮੌਜੂਦ ਹੈ ਜੀ। ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਚਾਰੇ ਸਟਰੀਮਸ ਮੈਡੀਕਲ, ਨੋਨ ਮੈਡੀਕਲ, ਆਰਟਸ ਤੇ ਕਮਰਸ ਦੇ ਟੀਚਰਸ ਦੀ ਪੋਸਟਿੰਗ ਉੱਥੇ ਪ੍ਰੋਪਰ ਕਰਵਾਈ ਜਾਵੇ ਤੇ ਉੱਥੇ ਸਟੂਡੈਂਟਸ ਹੋਣ, ਕਿਉਂਕਿ ਇਸ ਟਾਈਮ ਮੇਰੇ ਪਿੰਡ ਦੇ ਸਕੂਲ ਦੇ ਵਿੱਚ ਮੈਨੂੰ ਲੱਗਦਾ ਜੀ 400 ਪਲੱਸ ਦੀ ਸਟਰੈਂਥ ਹੋਊਗੀ ਜੀ ਗੌਰਮੈਂਟ ਸਕੂਲ ਚ ਜੀ। ਅੱਛਾ, ਤਾਂ ਇਹਦਾ ਸਭ ਤੋਂ ਵੱਡਾ ਐਡਵਾਂਟੇਜ ਹੈ ਕਿ ਮੇਰੇ ਪਿੰਡ ਦੇ ਨਾਲ ਗਰਾਊਂਡ ਹੈ ਜੀ। ਮੇਰੇ ਪਿੰਡ ਦਾ ਗਰਾਊਂਡ ਹੈ 6 ਕਿੱਲਿਆਂ ਦੇ ਵਿੱਚ ਤੇ ਜਿਹਦੇ ਵਿੱਚ 400 ਮੀਟਰ ਦਾ ਟਰੈਕ ਹੈ ਜੀ, ਫੁੱਟਬਾਲ ਦੀ ਪ੍ਰੋਪਰ ਗਰਾਊਂਡ ਹੈ, ਬਾਸਕਿਟਬਾਲ ਕੋਰਟ ਹੈ ਜੀ, ਵਾਲੀਬਾਲ ਕੋਰਟ ਹੈ ਤੇ ਜਿਮ ਆ ਜੀ। ਤਾਂ ਇਸ ਕਰਕੇ ਮੇਰੇ ਪਿੰਡ ਦੇ ਲਗਭਗ ਰੇਡੀਅਸ ਤੇ 10 ਕਿਲੋਮੀਟਰ ਦੇ ਬੱਚੇ ਆਉਂਦੇ ਆ, ਤੇ ਖਾਸ ਤੌਰ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਲੇਡੀਜ਼ ਨੇ ਮਤਲਬ ਉਹ ਜ਼ਿਆਦਾ ਕਿਉਂਕਿ ਉਹ ਕਹਿ ਸਕਦੇ ਕਿ ਸੇਫ ਫੀਲ ਕਰਦੇ ਕਿ ਵਧੀਆ ਇੱਕ ਪ੍ਰੋਸੀਜਰ ਚੱਲਦਾ ਵਾ, ਡਿਸਿਪਲਿਨ ਆ ਸਕੂਲ ਦੇ ਵਿੱਚ। ਇਸ ਕਰਕੇ ਮੇਰੀ ਕੋਸ਼ਿਸ਼ ਰਹੂਗੀ ਇਸ ਸਕੂਲ ਨੂੰ ਹੋਰ ਵੀ ਮੈਂ ਬਿਹਤਰ ਕਰਾਂ, ਤੇ ਇੱਕ ਮੇਰੀ ਹੋਰ ਕੋਸ਼ਿਸ਼ ਰਹੂਗੀ ਕਿ ਜਿਹੜਾ ਪ੍ਰਾਇਮਰੀ ਸਕੂਲ ਹੁੰਦਾ ਨਾ ਜੀ, ਉਹ ਇੱਕ ਹਿਸਾਬ ਦੀ ਪਨੀਰੀ ਹੁੰਦੀ ਹੈ ਜੀ। ਆਪਣੀ ਪਨੀਰੀ ਵਧੀਆ ਹੋਊਗੀ ਤੇ ਆਪਣੀ ਫਸਲ ਵਧੀਆ ਹੋਊਗੀ, ਤੇ ਮੇਰੀ ਜ਼ਿਆਦਾ ਕੋਸ਼ਿਸ਼ ਹੋਊਗੀ ਕਿ ਪ੍ਰਾਇਮਰੀ ਸਕੂਲ ਨੂੰ ਜਿੰਨਾ ਸਟਰੈਂਥਨ ਮੈਂ ਕਰ ਸਕਾਂ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਜੇ ਪਨੀਰੀ ਚੰਗੀ ਰਹੂਗੀ ਤੇ ਫਸਲ ਵੀ ਫਿਰ ਵਧੀਆ ਹੀ ਬਣੂਗੀ ਉਸ ਨਾਲ, ਔਰ ਇਹ ਬਿਲਕੁਲ ਸੱਚ ਵੀ ਹੈ, ਪਰ ਇਸ ਪਨੀਰੀ ਨੂੰ, ਇਸ ਨੌਜਵਾਨੀ ਨੂੰ ਇੱਕ ਕੋੜ ਜਿਹੜਾ ਹੈ ਉਹ ਨਸ਼ੇ ਦਾ ਲੱਗਿਆ ਹੋਇਆ ਹੈ, ਔਰ ਬਹੁਤ ਦੁੱਖ ਹੁੰਦਾ ਹੈ ਔਰ ਬਹੁਤ ਦਰਦ ਵੀ ਹੁੰਦਾ ਜਦੋਂ ਉਹ ਤਸਵੀਰਾਂ ਦੇਖਦੇ ਹਾਂ ਕਿ ਨੌਜਵਾਨ ਟੀਕੇ ਬਾਹਾਂ ਦੇ ਵਿੱਚ ਲੱਗੇ ਹੋਏ, ਉਹਨਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ, ਉਹ ਬਾਥਰੂਮਾਂ ਦੇ ਵਿੱਚ ਜਾਂ ਖੰਡਰ ਥਾਵਾਂ ਦੇ ਵਿੱਚ ਲੇਟੇ ਮਿਲਦੇ ਨੇ। ਕੀ ਪਿੰਡ ਦੇ ਵਿੱਚ ਤੁਹਾਡੇ ਵੀ ਥੋੜ੍ਹਾ ਇਹ ਕਹਿਰ ਤਾਂ ਹੋਣਾ ਹੀ ਹੈ, ਹਰ ਪਾਸੇ ਹੀ ਇਹ ਹਾਲ ਹੈ, ਤਾਂ ਇਸ ਨੂੰ ਰੋਕਣ ਦੇ ਲਈ, ਨਸ਼ੇ ਦੇ ਕਹਿਰ ਨੂੰ ਰੋਕਣ ਦੇ ਲਈ ਤੁਹਾਡੇ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ? ਬਿਲਕੁਲ ਜੀ, ਨਸ਼ੇ ਦਾ ਆਪਾਂ ਨੂੰ ਜਿਵੇਂ ਪਤਾ ਹੈ ਕਿ ਇਸਨੇ ਆਪਦੇ ਪੈਰ ਪਸਾਰੇ ਹੋਏ ਜੀ ਸਾਰੇ ਕਿਤੇ ਹੀ ਹੈ। ਤੇ ਇੱਕ ਚੀਜ਼ ਮੈਂ ਨੋਟ ਕੀਤੀ ਹੈ ਜੀ, ਹੁਣ ਜੋ ਪੁਰਾਣੇ ਲੱਗੇ ਹੋਏ ਆ ਠੀਕ ਹੈ, ਪਿੰਡ ਦੇ ਵਿੱਚ ਜਾਂ ਕਿਤੇ ਵੀ ਨਵੇਂ ਨੌਜਵਾਨ ਇਸ ਪਾਸੇ ਉਦੋਂ ਜਾਂਦੇ ਆ, ਉਹਨਾਂ ਦਾ ਧਿਆਨ ਉਸ ਟਾਈਮ ਜਾਂਦਾ ਜਦੋਂ ਪਿੰਡ ਵਿੱਚ ਸ਼ਰੇਆਮ ਵਿਕਦਾ ਹੋਵੇ। ਤਾਂ ਮੇਰੇ ਪਿੰਡ ਦੀ ਇਹ ਨਸੀਬ ਚੰਗੇ ਕਹਿ ਲਓ ਕਿ ਇਸ ਟਾਈਮ ਪਿੰਡ ਦੇ ਵਿੱਚ ਕੋਈ ਵਿਕਦਾ ਨੀਗਾ ਜੀ, ਕਿਸੇ ਨੇ ਖਾਣਾ ਪੀਣਾ ਕੁਛ ਕੋਈ ਪਾਸੋਂ ਲੈ ਕੇ ਆਉਂਦਾ, ਪਿੰਡ ਦੇ ਵਿੱਚ ਇਸ ਚੀਜ਼ ਦੀ ਵਿਕਰੀ ਬਿਲਕੁਲ ਨਹੀਂ ਹੈ। ਤਾਂ ਇਸ ਕਰਕੇ ਕੋਈ ਨਵਾਂ ਨੌਜਵਾਨ ਵੀਰ ਇਸ ਪਾਸੇ ਨਹੀਂ ਜਾਂਦਾ, ਤੇ ਇਸ ਤੇ ਵੱਡਾ ਜ਼ਿਆਦਾ ਸਹਿਯੋਗ ਫਿਰ ਉਹੀ ਮੈਂ ਕੋਰਲੇਟ ਕਰੂੰਗਾ ਕਿ ਗਰਾਊਂਡ ਕਰਕੇ, ਕਿਉਂਕਿ ਉਹਨਾਂ ਦਾ ਧਿਆਨ ਜ਼ਿਆਦਾ ਇਹਨਾਂ ਗਰਾਊਂਡਾਂ ਵਾਲਾ, ਇਸੇ ਕਰਕੇ ਖੇਡ ਵਾਲਾ, ਕਿਉਂਕਿ ਇੱਕ ਸਾਲ ਦੀ ਮੈਂ ਕਹਿ ਸਕਦਾ ਫੁੱਟਬਾਲ ਦੀ ਜਿਹੜੀ ਗੇਮ ਮੇਰੇ ਪਿੰਡ ਦੀ ਮਾਂ ਖੇਡਾਂ, ਤੇ ਇਸ ਟਾਈਮ ਵੀ ਜੇ ਮੈਂ ਤਿਆਰ ਕਰਨੀ ਹੋਵੇ ਤੇ 2 ਟੀਮਾਂ 11 ਪਲੇਅਰ ਹੁੰਦੇ ਆ ਨਾ ਜੀ, 22 ਮੁੰਡੇ ਮੈਂ ਜਦੋਂ ਮਰਜ਼ੀ ਆਪਦੇ ਪਿੰਡ ਦੇ ਫੁੱਟਬਾਲ ਟੀਮ ਦੇ ਰਹਿ 2 ਟੀਮਾਂ ਪ੍ਰੋਪਰ ਬਣਾ ਸਕਦਾ ਜੀ ਜਿਹੜੇ ਟਾਈਮ ਮਰਜ਼ੀ, ਵੀ ਇੰਨਾ ਜਜ਼ਬਾ ਮੇਰੇ ਪਿੰਡ ਦੇ ਵਿੱਚ ਫੁੱਟਬਾਲ ਖੇਡਣ। ਕਿਆ ਬਾਤ ਹੈ, ਬਹੁਤ ਵਧੀਆ ਗੱਲ ਹੈ, ਔਰ ਅਸੀਂ ਆਸ ਕਰਦੇ ਹਾਂ ਕਿ ਇਸ ਪਿੰਡ ਦੇ ਵਿੱਚੋਂ ਕੋਈ ਖਿਡਾਰੀ ਜਿਹੜਾ ਹੈ ਉਹ ਬੁਲੰਦੀਆਂ ਵੀ ਹਾਸਲ ਕਰੇ ਔਰ ਤੁਹਾਡੇ ਪਿੰਡ ਦਾ ਨਾਮ ਵੀ ਰੋਸ਼ਨ ਕਰੇ। ਇਸ ਤੋਂ ਇਲਾਵਾ, ਕਿਉਂਕਿ ਹੁਣ ਗੱਲਬਾਤ ਜਿਹੜੀ ਹੈ ਤੁਹਾਡੇ, ਜਿਹੜੇ ਹੁਣ ਅੱਗੇ ਦੀਆਂ ਤੁਹਾਡੀਆਂ ਮੀਟਿੰਗਾਂ ਹੋਇਆ ਕਰਨੀਆਂ, ਉਹ ਫਿਰ ਸਿਆਸਤਦਾਨਾਂ ਦੇ ਨਾਲ ਵੀ ਤੁਹਾਡਾ ਵਾਹ ਪਿਆ ਕਰਨਾ, ਤਾਂ ਇਸ ਛੋਟੀ ਉਮਰ ਦੇ ਵਿੱਚ ਜਦੋਂ ਇਹ ਐਡੀ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਦੇ ਉੱਤੇ ਪੈ ਚੁੱਕੀ ਹੈ, ਤਾਂ ਕਿਵੇਂ ਦਾ ਮਹਿਸੂਸ, ਕਿਵੇਂ ਦਾ ਹੋ ਰਿਹਾ ਜਦੋਂ ਕੋਈ ਬਜ਼ੁਰਗ ਵੀ ਆ ਕੇ ਸਰਪੰਚ ਸਾਹਿਬ ਕਹਿੰਦਾ ਹੈ ਔਰ ਕੋਈ ਛੋਟਾ ਵੀ ਆ ਕੇ ਫਿਰ ਆਪਣੇ ਹਾਣ ਦਾ ਤੁਹਾਨੂੰ ਸਮਝਦਾ ਹੋਊਗਾ, ਉਹ ਤਾਂ ਕਿਵੇਂ ਦੀ ਇਹ ਫੀਲਿੰਗ ਹੁੰਦੀ ਹੈ, ਕਿਵੇਂ ਦਾ ਮਹਿਸੂਸ ਹੁੰਦਾ? ਬਿਲਕੁਲ ਜੀ, ਮੈਨੂੰ ਇਹ ਕੁਸਚਨ ਵੀ ਪੁੱਟ ਹੁੰਦਾ, ਹਾਂਜੀ ਸਰਪੰਚ ਸਾਹਿਬ ਕਿਵੇਂ ਹੋ, ਤਾਂ ਚਲੋ ਮੇਰੇ ਚਿਹਰੇ ਤੇ ਮਿੰਨੀ ਜੀ ਮੁਸਕਰਾਹਟ ਆਉਂਦੀ ਹੈ ਕਰਕੇ ਮੈਂ ਜਵਾਬ ਦੇਣਾ ਵਧੀਆ। ਇਹ ਮੇਰਾ ਸੁਭਾਅ ਸੀ ਜੀ ਪਹਿਲਾਂ ਤੋਂ ਹੀ, ਮੈਂ ਕਿਤੋਂ ਵੀ ਆਉਂਦਾ ਜਾਂਦਾ, ਮੈਂ ਹਰੇਕ ਕਿਸੇ ਨੂੰ ਬੁਲਾਉਣਾ, ਕੋਈ ਛੋਟਾ ਵਾ ਕੋਈ ਵੱਡਾ ਵਾ ਉਹਦੇ ਨਾਲ ਟੱਚ ਵਿੱਚ ਰਹਿਣਾ। ਇਸ ਲਈ ਵੀ ਮੈਂ ਸਮਝਦਾ ਕਿ ਮੇਰੇ ਪਿੰਡ ਵਾਸੀਆਂ ਦੇ ਵਿੱਚ ਮੇਰੀ ਨਿਗਾਹ, ਮੇਰੇ ਤੇ ਨਿਗਾਹ ਇਸ ਕਰਕੇ ਹੀ ਪਈ ਕਿ ਉਹਨਾਂ ਨੇ ਮੈਨੂੰ ਨੋਟ ਕੀਤਾ, ਉਹਨਾਂ ਦੀ ਨਿਗਾਹ 'ਚ ਮੈਂ ਕੈਪਚਰ ਹੋਇਆ ਕਿ ਹਾਂ ਇਹ ਵੀ ਇੱਕ ਨੌਜਵਾਨ ਹੈ, ਇੱਕ ਇੰਡੀਵਿਜੁਅਲ ਹੈ, ਇਹਨੂੰ ਵੀ ਆਪਾਂ ਚੁਣ ਸਕਦੇ ਹਾਂ। ਤਾਂ ਮੈਂ ਸੁਭਾਅ ਕਹਿ ਸਕਦਾ, ਜੋ ਮੈਨੂੰ ਸੁਭਾਅ, ਜੋ ਮੈਨੂੰ ਸਿੱਖਿਆ ਮੇਰੇ ਪਰਿਵਾਰ 'ਚੋਂ ਮਿਲੀ, ਸਪੈਸ਼ਲੀ ਫਾਦਰ ਸਾਹਿਬ ਦੇ ਕਰਕੇ, ਕਿਉਂਕਿ ਕਹਿ ਸਕਦੇ ਹਾਂ ਨਾ ਪਿਓ ਪੁੱਤ ਦਾ ਪਿਆਰ ਤਾਂ ਹੁੰਦਾ ਹੀ ਹੈ, ਪਰ ਮੈਂ ਇਹ ਚੀਜ਼ ਬਿਲਕੁਲ ਜਾਇਜ਼ ਹੈ ਕਿ ਮੈਂ ਜਦੋਂ ਸਵੇਰੇ ਵਾਕ ਤੇ ਜਾਂਦਾ ਕਿਤੇ ਕਰਕੇ ਬਹੁਤ ਜ਼ਿਆਦਾ ਟਾਈਮ ਮੈਂ ਸਪੈਂਡ ਆਪਦੇ ਫਾਦਰ ਸਾਹਿਬ ਨਾਲ ਕਰਦਾ, ਤਾਂ ਉਹਨਾਂ ਦੀ ਜਿਹੜੀ ਸਿੱਖਿਆ ਮੇਰੇ ਤੇ ਬਹੁਤ ਅਸਰ ਕਰਦੀ ਹੈ ਜੀ। ਜੀ, ਔਰ ਸ਼ਿਵਰਾਜ, ਕਿਉਂਕਿ ਤੁਸੀਂ ਕੈਨੇਡਾ ਤੋਂ ਆਪਣੀ 2 ਸਾਲਾਂ ਦੀ ਪੜ੍ਹਾਈ ਹਾਸਲ ਕੀਤੀ, ਕੰਮ ਵੀ ਉਰੇ ਕੀਤਾ,
ਔਰ ਅਮੂਮਨ ਜੀ ਗੱਲ ਹੈ ਕਿ ਜਦੋਂ ਪਿੰਡ ਤੋਂ ਕੋਈ ਬੱਚਾ ਬਾਹਰ ਆਉਂਦਾ ਤਾਂ ਇੱਕ ਬਹੁਤ ਵੱਡਾ ਐਕਸਪੋਜ਼ਰ ਜਿਹੜਾ ਹੈ ਉਹਨੂੰ ਇਹ ਵਿਦੇਸ਼ਾਂ ਦੇ ਵਿੱਚ ਇਹਨਾਂ ਕੰਟਰੀਜ਼ ਦੇ ਵਿੱਚ ਹਾਸਲ ਹੁੰਦਾ ਹੈ, ਤੁਹਾਡੀ ਲਾਈਫ ਬਦਲਦੀ ਹੈ, ਤੁਸੀਂ ਜ਼ਿੰਦਗੀ ਜੀਣਾ ਜਿਹੜਾ ਹੈਗਾ ਉਹ ਸਿੱਖਦੇ ਹੋ, ਆਪਣੇ ਆਪ ਪੈਰਾਂ ਦੇ ਉੱਤੇ ਖੜ੍ਹੇ ਹੁੰਦੇ ਹੋ, ਜਦੋਂ ਆਪਣੇ ਹੱਥਾਂ ਦੇ ਨਾਲ ਕੰਮ ਕਰਦੇ ਹੋ, ਕਮਾਈ ਕਰਦੇ ਹੋ, ਤਾਂ ਬਹੁਤ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਜ਼ਿੰਮੇਵਾਰੀਆਂ ਸਿਖਾ ਦਿੰਦੀਆਂ ਨੇ। ਤਾਂ ਇਸ ਕੈਨੇਡਾ ਦੇ ਸਫ਼ਰ ਨੇ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਬਹੁਤ ਵੱਡਾ ਰੋਲ ਨਿਭਾਇਆ ਹੋਊਗਾ। ਕੈਨੇਡਾ ਨੇ ਤੁਹਾਨੂੰ ਕੀ ਕੁਛ ਸਿਖਾਇਆ, ਕੈਨੇਡਾ ਨੇ ਤੁਹਾਨੂੰ ਕਿਵੇਂ ਹੋਰ ਮੈਚਿਓਰ ਕੀਤਾ, ਕਿਉਂਕਿ 22 ਸਾਲ ਦੀ ਉਮਰ ਅਜੇ ਵੀ ਥੋੜ੍ਹੀ ਹੁੰਦੀ ਹੈ, ਛੋਟੀ ਹੁੰਦੀ ਹੈ, ਪਰ ਜਦੋਂ ਬੰਦਾ ਬੱਚਾ ਘਰ ਤੋਂ ਬਾਹਰ ਆ ਜਾਏ ਤਾਂ ਮੈਚਿਓਰਟੀ ਜਿਹੜੀ ਹੈਗੀ ਆ ਫਿਰ ਉਹ ਜ਼ਿਆਦਾ ਬੰਦੇ ਦੇ ਵਿੱਚ, ਬੱਚੇ ਦੇ ਵਿੱਚ ਆ ਜਾਂਦੀ ਹੈ। ਇਹਨਾਂ ਕੈਨੇਡਾ ਦੇ ਕੁਛ ਤੁਸੀਂ ਮਿੱਠੇ ਪਲ ਜਿਹੜੇ ਬਿਤਾਏ ਤੁਸੀਂ ਇੱਥੇ ਉਹ ਸਾਂਝੇ ਕਰ ਸਕਦੇ ਹੋ? ਬਿਲਕੁਲ ਜੀ, ਇਹ ਫਾਦਰ ਸਾਹਿਬ ਦਾ ਮੈਂ ਕਹਿਣਾ ਚਾਹੂੰਗਾ ਕਿ ਉਹਨਾਂ ਵੱਲੋਂ ਇੱਕ ਸ਼ਬਦ ਡੈਡੀਕੇਟ ਕੀਤਾ, ਇੱਕ ਟੈਗ ਲਾਈਨ ਦਿੱਤੀ ਜਾਂਦੀ ਹੈ ਕੈਨੇਡਾ ਨੂੰ। ਕੋਈ ਵੀ ਬੱਚਾ ਜਦੋਂ ਘਰ ਤੋਂ ਬਾਹਰ ਜਾਂਦਾ ਤਾਂ ਮੈਨੂੰ ਅਮੂਮਨ ਘਰ ਦੇ ਬਾਹਰ ਵੀ ਹੁਣ ਵੀ ਕਿਹਾ ਜਾਂਦਾ ਕਿ ਅਸੀਂ ਕੈਨੇਡਾ ਨੀ, ਅਸੀਂ ਤੈਨੂੰ ਇੱਕ ਟ੍ਰੇਨਿੰਗ ਸੈਂਟਰ ਚ ਭੇਜਿਆ। ਤਾਂ ਉਹਨਾਂ ਦਾ ਕਹਿਣ ਦਾ ਮਤਲਬ ਸੀ ਕੀ ਆ ਵੀ ਤੂੰ ਉੱਥੇ ਸਿੱਖ ਕੇ ਆਇਆ, ਤੂੰ ਘਰੋਂ ਬਾਹਰ ਨਿਕਲਿਆ। ਬਹੁਤ ਚੀਜ਼ਾਂ ਅਜਿਹੀਆਂ ਹੁੰਦੀਆਂ ਨੇ ਜੋ ਚੀਜ਼ਾਂ ਆਪਾਂ ਨੂੰ ਘਰ ਤੋਂ ਬਾਹਰ ਨਿਕਲਿਆ ਪਤਾ ਲੱਗਦੀਆਂ, ਸੋਸਾਇਟੀ ਵਿੱਚ ਵਿਚਰਦੇ ਆ ਪਤਾ ਲੱਗਦਾ, ਜਿਵੇਂ ਕਿ ਉੱਧਰ ਵੱਖ ਵੱਖਰੇ ਬਿਲਕੁਲ ਡਾਇਵਰਸਿਟੀ ਜਿਹੜੀ ਚੀਜ਼ ਉੱਥੇ ਮੈਨੂੰ ਐਕਸਪੀਰੀਅੰਸ ਹੁੰਦੀ ਆ, ਚਾਹੇ ਉਹ ਕਾਲਜ ਦੀ ਗੱਲ ਕਰੀਏ, ਵਰਕ ਪਲੇਸ ਦੀ ਗੱਲ ਕਰੀਏ, ਕਿਤੇ ਪਲਾਜੇ ਦੀ ਗੱਲ ਕਰੀਏ, ਜਿੱਥੇ ਵੀ ਜਾਂਦੇ ਜਿੱਥੇ ਵੀ ਆਪਾਂ ਵਿਚਰਦੇ ਹਾਂ ਤਾਂ ਉਹ ਚੀਜ਼ਾਂ ਬਹੁਤ ਸਿੱਖਣ ਨੂੰ ਮਿਲਦੀਆਂ ਵਾ ਜੀ। ਤਾਂ ਇਸੇ ਕਰਕੇ ਜਦੋਂ ਉੱਥੇ ਕੰਮ ਵੀ ਕਰਦਾ ਮੈਂ ਬਿਲਕੁਲ ਵਾਪਸ ਆਇਆ ਵਾਂ, ਆਪਦੀ ਮੇਰੀ ਮਾਂ ਧਰਤੀ ਤੇ ਵਾਪਸ ਆਇਆ ਵਾਂ, ਪਰ ਮੈਂ ਕਿਸੇ ਵੀ ਦੇਸ਼ ਨੂੰ ਭੰਡਦਾ ਨਹੀਂ। ਮੈਂ ਇਹ ਕਹੂੰਗਾ ਜੇ ਇਸ ਧਰਤੀ ਨੇ ਮੈਨੂੰ ਜਨਮ ਦਿੱਤਾ, ਮੈਨੂੰ ਪਾਲਿਆ ਪੋਸਿਆ, ਤਾਂ ਕੈਨੇਡਾ ਦੀ ਧਰਤੀ ਨੇ ਮੈਨੂੰ ਕਮਾਉਣਾ ਸਿਖਾਇਆ। ਬਹੁਤ ਵਧੀਆ, ਕੀ ਬਾਤ ਹੈ। ਉਸ ਨੇ ਮੈਨੂੰ ਕਮਾਉਣਾ ਸਿਖਾਇਆ, ਮੈਨੂੰ ਆਪਦੇ ਪੈਰਾਂ ਤੇ ਖੜਾ ਕੀਤਾ ਵਾ, ਤੇ ਮੈਨੂੰ ਆਪਦੇ ਬਹੁਤ ਵੱਡਾ ਯੋਗਦਾਨ ਉਸ ਕੈਨੇਡਾ ਦੀ ਧਰਤੀ ਆ ਜਿਹਨੇ ਮੈਨੂੰ ਡਿਸੀਜਨ ਮੇਕਰ ਬਣਾਇਆ ਤੇ ਡਿਸੀਜਨ ਲੈਣੇ ਸਿਖਾਏ। ਕਿਉਂਕਿ ਉੱਥੇ ਬਹੁਤ ਚੀਜ਼ਾਂ, ਚਾਹੇ ਡੇਲੀ ਰੂਟੀਨ ਦੇ ਵਿੱਚ ਡਿਸੀਜਨ ਤਾਂ ਬੰਦੇ ਨੂੰ ਲੈਣੇ ਪੈਂਦੇ ਹੀ ਆ, ਕਿਸੇ ਵੀ ਫੀਲਡ ਦੇ ਵਿੱਚ ਹੋਣ, ਚਾਹੇ ਸਟੱਡੀ ਦੇ ਰਿਲੇਟਡ ਹੋਣ, ਵਰਕ ਪਲੇਸ ਦੇ ਹੋਣ, ਘਰ ਦੇ ਵਿੱਚ, ਕਿਉਂਕਿ ਜਦੋਂ ਅਮੂਮਨ ਆਪਾਂ ਰਹਿੰਦੇ ਹਾਂ ਤਾਂ ਡਿਸੀਜਨ ਲੈਣੇ ਪੈਂਦੇ ਆ। ਤੇ ਹਰ ਟਾਈਮ ਆਪਾਂ ਆਪਣੇ ਪੇਰੈਂਟਸ ਤੋਂ ਗੱਲ ਨਹੀਂ ਕਰਾਂਗੇ ਇੱਥੇ ਹੁਣ ਮੈਂ ਕਿਵੇਂ ਕਰਾਂ, ਅੱਗੇ ਕਿਵੇਂ ਕਰਾਂ, ਤਾਂ ਉਸ ਚੀਜ਼ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਕਿ ਬੰਦੇ ਨੂੰ ਡਿਸੀਜਨ ਲੈਣੇ ਪੈਂਦੇ ਆ, ਤਾਂ ਫਿਰ ਉਹਨੂੰ ਸਿੱਖ ਦਾ ਵਾ ਐਕਸਪੀਰੀਅੰਸ ਹੁੰਦਾ ਵਾ ਜੀ। ਇੱਕ ਚੀਜ਼ ਮੇਰੇ ਤਾਂ ਹਮੇਸ਼ਾ ਇਹ ਵੀ ਰਹਿੰਦੀ ਆ ਕਿ ਮੈਂ ਸਿੱਖਦਾ ਰਹਾਂ। ਮੈਂ ਕੋਈ ਮੈਨੂੰ ਇੱਕ ਮੇਰੇ ਤੋਂ ਛੋਟੀ ਉਮਰ ਦਾ ਬੱਚਾ ਵੀ, ਤਜਰਬੇ ਚ ਛੋਟਾ ਵੀ, ਕਿਸੇ ਹੋਰ ਫੀਲਡ ਵਿੱਚ ਵੀ ਮੈਨੂੰ ਕੋਈ ਕੁਝ ਵੀ ਸਿਖਾ ਸਕਦਾ ਵਾ। ਓਬਜ਼ਰਵੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਂ ਓਬਜ਼ਰਵ ਕਰਦਾ ਬੈਠਦੇ ਆ, ਜੇ ਕਿਤੇ ਗੱਲ ਹੋਵੇ ਤਾਂ ਕਹਿੰਦੇ ਤੂੰ ਬਹੁਤ ਘੱਟ ਬੋਲਦਾ, ਮੈਂ ਕਿਹਾ ਜਦੋਂ ਮੈਨੂੰ ਲੱਗੂਗਾ ਵੀ ਹੁਣ ਮੇਰਾ ਬੋਲਣਾ ਬਣਦਾ ਤਾਂ ਮੈਂ ਬੋਲੂੰਗਾ, ਪਰ ਮੈਨੂੰ ਇਹ ਚੀਜ਼ ਹੁੰਦੀ ਮੈਂ ਓਬਜ਼ਰਵ ਕਰਾਂ। ਬਿਲਕੁਲ, ਤਾਂ ਸ਼ਿਵਰਾਜ ਬਹੁਤ ਚੰਗੀ ਤੁਹਾਡੀ ਸੋਚ ਹੈ, ਬਹੁਤ ਚੰਗੇ ਤੁਹਾਡੇ ਵਿਚਾਰ ਨੇ, ਔਰ ਅਸੀਂ ਤੁਹਾਨੂੰ ਤੁਹਾਡੇ ਅੱਗੇ ਦੇ ਜ਼ਿੰਦਗੀ ਦੇ ਸਫ਼ਰ ਵਾਸਤੇ ਸ਼ੁਭ ਇੱਛਾਵਾਂ ਦਿੰਦੇ ਹਾਂ। ਅਸੀਂ ਆਸ ਕਰਦੇ ਹਾਂ ਕਿ ਜਿਸ ਤੁਸੀਂ ਮਕਸਦ ਦੇ ਨਾਲ ਆਪਣੇ ਪਿੰਡ ਦੇ ਵਿੱਚ ਇਸ ਸਰਪੰਚੀ ਦੀ ਚੋਣ ਜਿੱਤੀ ਹੈ, ਤੁਸੀਂ ਸਰਪੰਚ ਬਣੇ ਹੋ, ਤੁਸੀਂ ਪਿੰਡ ਦੀਆਂ ਸੇਵਾਵਾਂ ਜਿਹੜੀਆਂ ਨੇ ਉਸੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਨਿਭਾਉਂਦੇ ਰਹੋਗੇ, ਪਿੰਡ ਵਾਲਿਆਂ ਨੂੰ ਕਦੀ ਵੀ ਕੋਈ ਸ਼ਿਕਾਇਤ ਦਾ ਮੌਕਾ ਜਿਹੜਾ ਹੈ ਉਹ ਨਹੀਂ ਆਉਣ ਦਿਓਗੇ, ਔਰ ਤੁਹਾਡੀ ਜ਼ਿੰਦਗੀ, ਕਿਉਂਕਿ ਅਜੇ ਤੁਸੀਂ 22 ਸਾਲ ਦੇ ਇਸ ਉਮਰ ਦੇ ਵਿੱਚ ਇੰਨੀ ਵੱਡੀ ਇੱਕ ਕੁਰਸੀ ਜਿਹੜੀ ਆ ਉਹ ਹਾਸਲ ਕਰ ਲਈ ਹੈ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਬੁਲੰਦੀਆਂ ਹਾਸਲ ਕਰੋ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਥੈਂਕ ਯੂ ਸੋ ਮਚ। ਧੰਨਵਾਦ ਜੀ, ਧੰਨਵਾਦ।